ਕਹਿੰਦੇ ਵੀ ਉੱਤੋਂ ਛਾਲ ਮਾਰਦੇ ਆਪਾਂ ਤੇ ਕਹਿੰਦੇ ਵੀ ਛਾਲ ਵੀ ਫੇਕ ਵਾ ਵੀ ਟਾਈਟ ਦੀ ਛਤੜੀ ਤੋਂ ਛਾਲ ਮਾਰਨਾ ਹੌਸਲਾ ਨਹੀਂ ਪੈਂਦਾ ਤੇ ਥਾਪੀ ਬਦੋ ਬਦੀ ਵੱਜਦੀ ਜਦੋਂ ਟਰੈਕਟਰ ਵਧੀਆ ਚੱਲਦਾ ਪਤਾ ਲੱਗ ਗਿਆ ਵੀ ਇੱਥੇ ਇੱਥੇ ਥੋੜਾ ਜਿਹਾ ਮਤਲਬ ਚੇਂਜ ਹੋਇਆ ਨਵੇਂ ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਕੀ ਚੇਂਜ ਕਰਿਆ ਵੀਡੀਓ 'ਚ ਵੇਖਣ ਨੂੰ ਲੱਗਦਾ ਕਿ ਟਰੈਕਟਰ ਬਹੁਤ ਜ਼ੋਰ ਲਾਉਣ ਡਿਆ ਉੱਦਾਂ ਰਿਐਲਿਟੀ ਵੀ ਲਾਉਂਦਾ ਕਿ ਵੀਡੀਓ 'ਚ ਵੇਖਣ ਨੂੰ ਲੱਗਦਾ ਗੱਲ ਕਰ ਲੱਗੇ ਤੁਹਾਡੇ ਨਾਲ ਰਾਜਸਥਾਨ ਦੀ ਤੇ ਕਿੰਨਾ ਸਫ਼ਰ ਪਿਆ ਭਰਾ ਨੂੰ ਇੱਥੇ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰ ਲੱਗੇ ਤੁਹਾਡੇ ਨਾਲ ਰਾਜਸਥਾਨ ਦੀ ਗੱਲ ਕਰਾਂਗੇ ਅਰਜਨ ਨੋਵੋ ਦੀ ਔਰ ਨਾਲ ਗੱਲ ਕਰਾਂਗੇ ਇਸ ਦੇਸ਼ ਦੇ ਰਾਖੇ ਨੌਜਵਾਨ ਜਿਹੜੇ ਸਾਡੇ ਭਰਾ ਫੌਜ ਦੇ ਵਿੱਚ ਆ ਉਹ ਵੀ ਸਾਡੇ ਕੋਲ ਪਹੁੰਚੇ ਆ ਕਿਹੜੀ ਕਿਹੜੀ ਸਟੇਟ ਦੇ ਵਿੱਚ ਜਿਹੜੇ ਆ ਉਹ ਨੌਕਰੀ ਕਰ ਰਹੇ ਆ ਕੀ ਗੱਲਬਾਤ ਚੱਲਦੀ ਆ ਸਾਰੀਆਂ ਗੱਲਾਂ ਕਰਾਂਗੇ ਵੀਰ ਜੀ ਹੁਣ ਜਿਸ ਤਰੀਕਾ ਨੂੰ ਦੱਸਿਆ ਵੀ ਵੀਡੀਓ ਜਦੋਂ ਆਪਾਂ ਵਿਖਾਉਂਦੇ ਹਾਂ ਟਰੈਕਟਰ ਮੋਡੀਫਿਕੇਸ਼ਨ ਦੀ ਅਤੇ ਬਾਹਰ ਸਾਰਿਆਂ ਨੂੰ ਉਹ ਚੀਜ਼ ਫੇਕ ਲੱਗਦੀ ਹੈ ਕਿਹੜੀ ਕਿਹੜੀ ਚੀਜ਼ ਫੇਕ ਲੱਗਦੀ ਉਹ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਉਹਨਾਂ ਭਰਾਵਾਂ ਨਾਲ ਜਿਹੜਾ ਇੰਨਾ ਸਫ਼ਰ ਤੈਅ ਕਰਕੇ ਸਾਡੇ ਕੋਲ ਇਸ ਪੰਜਾਬ ਦੀ ਧਰਤੀ 'ਤੇ ਮਾਝੇ ਬੈਲਟ ਦੇ ਵਿੱਚ ਆਏ ਆ ਕਿੱਦਾਂ ਦਾ ਕੰਮ ਹੋਇਆ ਵਾ ਮਨ ਨੂੰ ਲੱਗਾ ਕਿ ਨਹੀਂ ਲੱਗਾ ਟਰੈਕਟਰ ਨੇ ਪਰਫੋਰਮ ਕੀਤਾ ਕਿ ਨਹੀਂ ਕੀਤਾ ਜੇ ਕੀਤਾ ਤਾਂ ਕਿਹੜੇ ਕਿਹੜੇ ਗੇਅਰ 'ਚ ਕੀਤਾ ਔਰ ਫਿਟਿੰਗ ਹਰ ਵਾਰ ਦੀ ਤਰ੍ਹਾਂ ਉਹ ਵੀ ਗੱਲ ਕਰਦੇ ਵੀਰ ਜੀ ਹੁਣਾਂ ਨਾਲ ਮਾਡਲ ਪੁੱਛਦੇ ਕਿਹੜਾ ਵਾ ਸਤਿ ਸ਼੍ਰੀ ਅਕਾਲ ਵੀਰ ਜੀ ਸਭ ਤੋਂ ਪਹਿਲਾਂ ਤਾਂ ਭਰਾ ਆਪਣਾ ਨਾਂ ਦੱਸੇ ਕੀ ਆ ਤੇਜਿੰਦਰ ਸਿੰਘ ਜੀ ਤੇਜਿੰਦਰ ਸਿੰਘ ਹਾਂਜੀ ਤੇ ਕਿੰਨਾ ਸਫ਼ਰ ਪਿਆ ਭਰਾ ਨੂੰ ਇੱਥੇ ਸਵਾ 400 ਮਿਲਿਆ ਕਿ ਵੈਸੇ ਅੰਦਾਜ਼ੇ ਨਾਲ ਕਹਿਣ ਡੇ ਜੀ ਨਹੀਂ ਸਵਾ 400 ਅੱਛਾ ਸਵਾ 400 ਪਿਆ ਤੇ ਭਰਾ ਦਾ ਪਿੰਡ ਰੂਪਨਗਰ ਰੂਪਨਗਰ ਜ਼ਿਲ੍ਹਾ ਗੰਗਾਨਗਰ ਤਹਿਸੀਲ ਕਰਨਪੁਰ ਅੱਛਾ ਤਹਿਸੀਲ ਹੈਗੀ ਕਰਨਪੁਰ ਜ਼ਿਲ੍ਹਾ ਗੰਗਾਨਗਰ ਰਾਜਸਥਾਨ ਹਾਂਜੀ ਤੇ ਤੁਹਾਡੇ ਜਿੱਦਾਂ ਵੀ ਉੱਥੇ ਮੋਗਿਆਂ ਦੇ ਨਾਂ ਤੇ ਪਿੰਡ ਰੱਖੇ ਤੁਹਾਡੇ ਪਿੰਡ ਦਾ ਨਾਂ ਨਹੀਂ ਹੈਗਾ ਹੈਗਾ 50F ਰੂਪਨਗਰ ਅੱਛਾ 50F ਰੂਪਨਗਰ ਆ ਹਾਂਜੀ ਠੀਕ ਆ ਤੇ ਕਿਹੜਾ ਮਾਡਲ ਟਰੈਕਟਰ ਭਰਾ ਦਾ ਇਹ 21 ਮਾਡਲ ਜੀ 2021 ਮਾਡਲ ਕਿੰਨੇ ਘੰਟੇ ਚੱਲਿਆ ਜੇ 1700 ਜੀ ਕਿੰਨੀਆਂ ਹਾਲਾਂ ਤੇ ਚਲਾਉਂਦੇ ਰਹੇ ਪਿੰਡ ਤੁਸੀਂ ਪਿੰਡ ਜੀ 17 ਤੇ 17 ਤੇ ਹਾਂਜੀ ਐਦੇ ਨਾਲ ਭਾਰੀਆਂ ਹਾਲਾਂ ਕਿਉਂ ਹੋਣੀਆਂ ਨਹੀਂ ਇੰਨੀਆਂ ਕਿਉਂ ਹੋਣੀਆਂ ਜੀ ਇੰਨੀਆਂ ਕੁ ਹੋਣੀਆਂ ਪਰ ਉਹ 17 ਫਿਰ 15 ਅੱਛਾ ਜੀ ਇਹ ਸਾਨੂੰ ਵਜਨ ਜ਼ਿਆਦਾ ਹੀ ਇਹਦਾ ਅੱਛਾ ਇਹਦਾ ਵਜਨ ਜ਼ਿਆਦਾ ਉਹ ਪਈਆਂ ਵਾਲੀਆਂ ਕਿ ਬਿਨਾਂ ਪਈਆਂ ਤੋਂ ਨਹੀਂ ਪਈਆਂ ਵਾਲੀਆਂ ਅੱਛਾ ਪਈਆਂ ਵਾਲੀਆਂ ਠੀਕ ਆ ਉਹ ਤਾਂ ਬਹੁਤ ਸੌਖੀਆਂ ਚੱਲਣੀਆਂ ਤੋਂ ਅਤੇ ਕਿਹੜੇ ਕਿਹੜੇ ਗੇਅਰ 'ਚ ਵੇਖਿਆ ਚਲਾ ਗਿਆ ਜੀ ਟਰੈਕਟਰ ਭਰਾ ਨੇ ਪਹਿਲਾ ਹਾਈ ਤੀਜਾ ਮੀਡੀਅਮ ਚੌਥਾ ਮੀਡੀਅਮ ਦੂਜਾ ਹਾਈ ਸਾਰੇ ਗੇਅਰ ਲਾ ਕੇ ਵੇਖੇ ਆ ਕਿੰਨਾ ਕੁ ਫਰਕ ਲੱਗਦਾ ਟਰੈਕਟਰ 'ਚ ਹੈਗਾ ਵੀ ਆ ਕਿ ਨਹੀਂ ਹੈਗਾ ਐਡੀ ਦੂਰ ਸਫ਼ਰ ਕਰਕੇ ਆਏ ਤੁਸੀਂ ਦਿਨ ਰਾਤ ਦਾ ਅੱਛਾ ਦਿਨ ਰਾਤ ਦਾ ਫਰਕ ਹੈਗਾ ਵਾ ਠੀਕ ਆ ਅਤੇ ਆਪਣਾ ਨਾਮ ਸਭ ਸਰ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਭਾਅ ਜੀ ਤੁਸੀਂ ਵੀ ਟਰੈਕਟਰ ਚਲਾਉਂਦੇ ਕਿ ਭਾਅ ਜੀ ਚਲਾਉਂਦੇ ਆ ਨਹੀਂ ਇਹ ਵੀ ਬਰਾਬਰ ਹੀ ਅੱਛਾ ਬਰਾਬਰ ਚਲਾਉਂਦੇ ਜੀ ਅਤੇ ਤੁਸੀਂ ਲਈ ਟਰਾਈ ਕਿ ਨਹੀਂ ਲਈ ਲੈ ਲਈ ਟਰਾਈ ਕਿਹੜੇ ਕਿਹੜੇ ਗੇਅਰ 'ਚ ਲਈ ਆ ਮੈਂ ਤਾਂ ਪਹਿਲੇ 'ਚ ਅਤੇ ਤੀਜੇ 'ਚ ਜਿਹੜੇ 'ਚ ਘਰੇ ਵਾਹੁੰਦੇ ਆ ਉਸੇ 'ਚ ਹੀ ਲਈ ਜਿੱਦਾਂ ਵੀਡੀਓ 'ਚ ਵੇਖਣ ਨੂੰ ਲੱਗਦਾ ਕਿ ਟਰੈਕਟਰ ਬਹੁਤ ਜ਼ੋਰ ਲਾਉਣ ਡਿਆ ਉੱਦਾਂ ਰਿਐਲਿਟੀ ਵੀ ਲਾਉਂਦਾ ਕਿ ਵੀਡੀਓ 'ਚ ਹੀ ਵੇਖਣ ਨੂੰ ਲੱਗਦਾ ਨਾ ਨਾ ਜੀ ਰਿਐਲਿਟੀ 'ਚ ਹੀ ਫੁੱਲ ਜ਼ੋਰ ਅੱਛਾ ਫੁੱਲ ਜ਼ੋਰ ਲਾਉਂਦਾ ਦੂਸਰੀ ਗੱਲ ਇਹ ਵੀ ਤੁਸੀਂ ਇੱਥੇ ਨਾਲ ਇੱਕ ਹੋਰ ਟਰੈਕਟਰ ਚਲਾ ਕੇ ਵੇਖਿਆ ਜੀ 65 HP ਕੈਟਾਗਰੀ ਦਾ ਆਪਾਂ ਨਾਂ ਨਹੀਂ ਲੈਣਾ ਉਹਦਾ ਹਾਂਜੀ ਉਹਦੇ ਨਾਲ ਤੁਹਾਨੂੰ ਕਿੰਨਾ ਕੁ ਟਰੈਕਟਰ ਲੱਗਣ ਡਿਆ ਵੀ ਆਪਣਾ ਥੱਲੇ ਚੱਲਣ ਡਿਆ ਆਹਾ ਇਹ ਤਾਂ ਬਹੁਤ ਉੱਪਰ ਚੱਲਦਾ ਉਹਦੇ ਨਾਲ ਅੱਛਾ ਉੱਪਰ ਚੱਲਦਾ 65 HP ਤੋਂ ਥੱਲੇ ਤਾਂ ਨਹੀਂ ਚੱਲਦਾ ਥੱਲੇ ਤਾਂ ਨਹੀਂ ਇਹ ਕਿੰਨੀ ਕੈਟਾਗਰੀ ਦਾ ਇਹ ਤਾਂ 57 HP 57 HP ਤੁਹਾਨੂੰ ਲੱਗਦਾ ਕਿ 65 ਤੋਂ ਉੱਤੇ ਚੱਲਣ ਡਿਆ ਇਹ 65 ਤੇ ਤੁਸੀਂ ਇਹ ਹਿਸਾਬ ਲਾ ਲਓ ਵੀ ਇਹ 2-wheel ਤੇ ਉਹ 4-wheel ਇਹ 2-wheel ਉਹਨਾਂ ਕੰਮ ਕਰਦਾ ਜਿੰਨਾ ਉਹ 4-wheel ਕਰਦਾ ਸੀ ਅੱਛਾ ਜਿੰਨਾ 4-wheel ਕੰਮ ਕਰਦਾ ਉਹਨਾਂ 2-wheel ਰਿਐਲਿਟੀ ਕਿਉਂ ਵੈਸੇ ਕਹੀ ਜਾਂਦੇ ਜੀ ਰਿਐਲਿਟੀ ਕਿਉਂ ਮੈਂ ਆਪ ਚਲਾ ਕੇ ਦੋਨੇ ਵੇਖੇ ਅੱਛਾ ਤੁਸੀਂ ਦੋਵੇਂ ਆਪ ਚਲਾਏ ਸੇਮ ਜ਼ਮੀਨ ਠੀਕ ਆ ਸੇਮ ਥਾਂ ਸੇਮ ਹਲ ਅੱਛਾ ਜੀ ਠੀਕ ਆ ਤੇ ਫਿਟਿੰਗ ਜਿਹੜੀ ਆ ਕਿੰਨਾ ਕੁ ਵੈਲਡਿੰਗ ਕੀਤਾ ਤੇ ਕਿੰਨੀ ਕੁ ਕੱਟ ਵੱਢ ਕੀਤੀ ਆਪਾਂ ਨਾ ਪਤਾ ਹੀ ਨਹੀਂ ਲੱਗਦਾ ਜਿੱਦਾਂ ਆਮ ਵੀਡੀਓ 'ਚ ਤੁਸੀਂ ਵੇਖਦੇ ਜੇ ਕਿ ਟਰੈਕਟਰ ਟਰਬੋ ਤਾਂ ਚੁੱਕ ਕੇ ਲੱਗੀ ਵੈਲਡਿੰਗ ਕੀਤਾ ਸਿੱਧੇ ਸਿੱਧੇ ਪੈਪ ਜੇ ਪਾਏ ਆ ਨਾ 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 ਇਹੋ ਜਿਹੀ ਤਾਂ ਕੋਈ ਗੱਲ ਹੀ ਹੈ ਨਹੀਂ ਵੀ ਮੰਨ ਲਓ ਐਂ ਜੇ ਨਵੇਂ ਬੰਦੇ ਨੂੰ ਵਿਖਾ ਦਈਏ ਵੀ ਟਰੈਕਟਰ ਦੀ ਸ਼ੋਅ ਅਸੀਂ ਤਾਂ ਦਿਨ ਰਾਤ ਵੇਹਨੇ ਹਾਂ ਸਾਨੂੰ ਤਾਂ ਪਤਾ ਲੱਗ ਗਿਆ ਵੀ ਇੱਥੇ ਇੱਥੇ ਥੋੜ੍ਹਾ ਜਿਹਾ ਮਤਲਬ ਚੇਂਜ ਹੋਇਆ ਨਵੇਂ ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਕੀ ਚੇਂਜ ਕਰਿਆ ਵੈਲਡਿੰਗ ਤਾਂ ਨਹੀਂ ਕੀਤਾ ਟਰੈਕਟਰ ਨੂੰ ਨਾ ਨਾ ਠੀਕ ਆ ਜੀ ਮਿਹਰਬਾਨੀ
ਇਹ ਵੀਰ ਜੀ ਆਏ ਆ। ਸਤਿ ਸ਼੍ਰੀ ਅਕਾਲ ਸਰ ਜੀ। ਭਰਾ ਕੋ ਵਰਲਡ ਟਰੈਕ ਟਰੈਕਟਰ ਆ, ਅੰਮ੍ਰਿਤਸਰ ਏਰੀਆ ਬੱਲਾ ਵੇਰਕਾ ਇਹਨਾਂ ਦਾ ਪਿੰਡ ਆ। ਅਤੇ ਕਰਾਂਗੇ ਵੀਰ ਜੀ ਹੁਣ ਮੋਡੀਫਿਕੇਸ਼ਨ ਤੋਂ ਬਾਅਦ ਗੱਲਬਾਤ ਇਹਨਾਂ ਨਾਲ, ਠੀਕ ਆ ਸਰ ਜੀ। ਅਤੇ ਤੁਹਾਨੂੰ ਲੱਗਣ ਡਿਆ ਵੀ ਇਹ 57 HP ਦਾ ਟਰੈਕਟਰ ਵਾ, ਅਤੇ ਕਿੰਨਾ ਕੁ ਆਪਣੇ ਵਰਲਡ ਟਰੈਕ ਨੂੰ ਵੱਧ ਜ਼ੋਰ ਲਾਉਣ ਡਿਆ ਕਿ ਥੱਲੇ ਲਾਉਣ ਡਿਆ ਇਹ ਜੋ ਰਿਐਲਿਟੀ ਆ? ਬਹੁਤ ਵਧੀਆ ਜ਼ੋਰ ਲਾਉਣ ਡਿਆ ਜੀ, ਬਹੁਤ ਵਧੀਆ ਪਾਵਰ ਦੇ ਹਿਸਾਬ ਨਾਲ, ਬਹੁਤ ਵਧੀਆ ਵਧੀਆ ਲਾਉਣ ਡਿਆ। ਮਿਹਰਬਾਨੀ ਭਾਅ ਜੀ। ਅਤੇ ਆਪਾਂ ਗੱਲ ਕਰਦੇ ਹੁਣ ਉਹਨਾਂ ਦੇਸ਼ ਦੇ ਰਾਖਿਆਂ ਨਾਲ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕਹਿੰਦੇ ਵੀ ਪਾਕਿਸਤਾਨ ਦੀ ਜੰਗ ਲੱਗੀ ਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਇਹਨਾਂ ਦੋਵਾਂ ਭਰਾਵਾਂ ਦਾ ਵੈਲਕਮ, ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਆ। ਕਿਉਂਕਿ ਫੌਜੀ ਬੰਦੇ ਕੋਲ ਤਾਂ ਇੱਕ ਘੰਟੇ ਦਾ ਟਾਈਮ ਨਹੀਂ ਹੁੰਦਾ ਜੋ ਛੁੱਟੀ ਕੱਟ ਕੇ ਆਉਂਦਾ, ਸਾਲ ਬਾਅਦ ਆਉਣਾ, ਦੋਵਾਂ ਬਾਅਦ ਆਉਣਾ ਵਾ। ਮਹਾਂ ਆਪਣੇ ਘਰ ਦੇ ਸ਼ੌਂਕ ਹੀ ਪੂਰੇ ਹੁੰਦੇ ਆ, ਜਾਂ ਘਰ ਦੇ ਕੰਮ ਪੂਰੇ ਹੁੰਦੇ, ਜਾਂ ਆਪਣੇ ਘਰ ਦੇ ਵਾਂਢੇ ਮਹਾਂ ਪੂਰੇ ਹੁੰਦੇ ਆ, ਪਰ ਇਹ ਫਿਰ ਵੀ ਭਰਾ ਸਾਨੂੰ ਮਿਲਣ ਆਏ ਆ। ਚੇਚੇ ਇਹਨਾਂ ਦਾ ਬਹੁਤ ਬਹੁਤ ਵੈਲਕਮ ਆ, ਧੰਨਵਾਦ ਆ ਜੀ ਆਇਆਂ ਨੂੰ। ਅਤੇ ਸ਼ੁਭ ਨਾਮ ਭਰਾ ਦਾ? ਮੇਜਰ ਸਿੰਘ। ਮੇਜਰ ਸਿੰਘ। ਅਤੇ ਆਪਣਾ ਨਾਮ? ਸ਼ਮਸ਼ੇਰ। ਸ਼ਮਸ਼ੇਰ ਸਿੰਘ। ਅਤੇ ਦੋਵੇਂ ਭਰਾ ਜਿਹੜੇ ਆ, ਮਤਲਬ ਕਿਹੜੀ ਕਿਹੜੀ ਜਗ੍ਹਾ ਇਸ ਟਾਈਮ ਆਪਣੀ ਡਿਊਟੀ ਆ? ਮੇਰੀ ਤ੍ਰਿਪੁਰਾ ਜੀ। ਤ੍ਰਿਪੁਰਾ? ਹਾਂਜੀ ਹਾਂਜੀ। ਯਾਨੀ ਕਿ ਉੱਥੇ ਤਾਂ ਬੋਲੀ ਬਹੁਤ ਵੱਖਰੀ ਆ। ਬੰਗਲਾ। ਅੱਛਾ, ਬੰਗਲਾਦੇਸ਼। ਹਾਂਜੀ ਠੀਕ ਆ। ਅਤੇ ਆਪਣੀ? ਮੇਰੀ ਹੈਗੀ ਵੈਸਟ ਬੰਗਾਲ, ਸਿਲੀਗੁੜੀ। ਅੱਛਾ, ਤੁਹਾਡੀ ਵੀ ਵੈਸਟ ਬੰਗਾਲ, ਮਤਲਬ ਕਾਫੀ ਬਾਹਰ ਆ। ਹਾਂਜੀ ਠੀਕ ਆ। ਅਤੇ ਜਦੋਂ ਆਪਣੇ ਗੱਲਬਾਤ ਚੱਲਦੀ ਕੋਈ ਵੀ ਟਿਕਟਾਂ ਟੂਟਰਾਂ ਦੀ, ਤੁਸੀਂ ਦੱਸਣ ਡੇ ਜਿੱਦਾਂ, ਅਤੇ ਤੁਹਾਡੇ ਨਾਲ ਬਹਿਸ ਵਸਾਈਆ ਇਸ ਚੀਜ਼ 'ਤੇ ਬੜਾ ਹੁੰਦਾ ਵੀ ਜੋ ਚੀਜ਼ ਟਰੈਕਟਰ ਦੀ ਵਿਗੜੀ 'ਚ ਵੇਖਣ ਨੂੰ ਮਿਲਣ ਡਿਆ ਵਾ ਉਹ ਰਿਐਲਿਟੀ ਨਹੀਂ ਹੈਗਾ? ਇੱਦਾਂ ਬਹੁਤ ਬੰਦੇ ਗੱਲਾਂ ਕਰਦੇ ਆ ਕਿ ਹਾਂ ਇਹ ਫੇਕ ਵੀਡੀਓ ਵਾ, ਇਹ ਸਾਨੂੰ ਤਾਂ ਪਤਾ ਸਾਡੇ ਏਰੀਆ ਦਾ ਬੰਦਾ ਠੀਕ ਆ ਕਿ ਕਿੱਥੇ ਕੀ ਆ। ਅੱਛਾ ਜੀ। ਕਿਹੜਾ ਕੰਮ ਕਿੱਦਾਂ ਹੋ ਰਿਹਾ? ਹੁਣ ਦੇਖਣ ਵਾਲਿਆਂ ਨੂੰ ਤਾਂ ਇਹੀ ਆ ਕਿ ਹਾਂ ਇਹ ਫੇਕ ਆ। ਹੁਣ ਅਸੀਂ ਆਪ ਗਰਾਊਂਡ 'ਚ ਤੁਹਾਡੇ ਕੋਲ ਪਹੁੰਚੇ ਹਾਂ। ਅੱਛਾ ਜੀ। ਅਗਲੇ ਨੂੰ ਵਿੱਦ ਪ੍ਰੂਫ ਦੱਸਿਆ ਕਿ ਅਸੀਂ ਖੁਦ ਜਾ ਗਰਾਊਂਡ 'ਚ ਦੇਖਿਆ ਕਿ ਕੰਮ ਕੀ ਆ ਉੱਥੇ। ਠੀਕ ਆ। ਰਿਐਲਿਟੀ ਕੀ ਆ? ਅਸੀਂ ਤਾਂ ਗਰਾਊਂਡ 'ਚ ਦੇਖਿਆ। ਕਿਹੜੀ ਕਿਹੜੀ ਚੀਜ਼ 'ਤੇ ਬਹਿਸ ਹੁੰਦੀ ਜ਼ਿਆਦਾ ਵੀ ਜਾਂ ਟਰੈਕਟਰ ਜ਼ੋਰ ਨਹੀਂ ਮਾਰ ਰਿਹਾ ਕਿ ਜਾਂ? ਇਹੀ ਕਹਿੰਦੇ ਕਿ ਫੇਕ ਵੀਡੀਓ ਜ਼ੋਰ ਨਹੀਂ ਮਾਰਦਾ ਟਰੈਕਟਰ ਇੰਨਾ, ਮਤਲਬ ਕੰਮ ਜਿੰਨਾ ਵਿਖਾਇਆ ਜਾਣ ਡਿਆ ਵਾ ਤੋਂ ਮਤਲਬ ਓਵਰ ਦਿਖਾਇਆ ਜਾ ਰਿਹਾ ਏ। ਅੱਛਾ, ਜਿੰਨਾ ਕੰਮ ਟਰੈਕਟਰ ਚੱਲ ਰਿਹਾ ਤੋਂ ਓਵਰ ਵਿਖਾਇਆ ਜਾ ਰਿਹਾ? ਹਾਂ, ਪਰ ਇੰਨਾ ਕੰਮ ਨਹੀਂ ਕਰਦੇ। ਅੱਛਾ, ਤੇ ਅੱਜ ਤੁਹਾਨੂੰ ਕਿਦਾਂ ਲੱਗਾ? ਸਾਨੂੰ ਬਹੁਤ ਵਧੀਆ ਲੱਗਿਆ, ਅਸੀਂ ਆਪ ਖੁਦ ਐਂ ਨਾਲ ਗੱਲ ਕਰਨ ਕਿ ਆਪਾਂ ਵੀ ਕਰਾਉਣਾ ਪਰ ਸਾਡੇ ਕੋਲ ਟਰੈਕਟਰ ਛੋਟਾ ਆ। ਕੋਈ ਗੱਲ ਨਹੀਂ। ਤੇ ਦੂਸਰੀ ਗੱਲ, ਜਿੱਦਾਂ ਤੁਸੀਂ ਕਹਿੰਦੇ ਵੀ ਉੱਤੋਂ ਛਾਲ ਮਾਰਦੇ ਆਪਾਂ, ਹਾਂਜੀ, ਤੇ ਕਹਿੰਦੇ ਵੀ ਸਾਲ ਵੀ ਫੇਕ ਵਾ ਵੀ ਟਰੈਕਟਰ ਦੀ ਛਤੜੀ ਤੋਂ ਸਾਲ ਮਾਰਨਾ ਹੌਸਲਾ ਨਹੀਂ ਪੈਂਦਾ। ਉਹ ਇੱਕ ਨਾ ਮੈਂ ਪਿੱਛੇ ਜੇ ਗਾਣਾ ਥੋੜੇ ਦਿਨ ਹੋਇਆ ਕਿ ਸਾਡਾ ਪੁਲਿਸ ਮੁਲਾਜ਼ਮ ਭਰਾ ਵਾ, ਮੈਂ ਤਾਂ ਪਤਾ ਨਹੀਂ ਮੁਲਾਜ਼ਮ ਹੈਗਾ ਕਿ ਨਹੀਂ ਹੈਗਾ, ਮੈਨੂੰ ਲੱਗਦਾ ਹੋਊਗਾ ਜ਼ਰੂਰ ਕਿਉਂਕਿ ਵਰਦੀ 'ਚ ਉਹਦਾ ਸੌਂਗ ਬੜਾ ਵਧੀਆ ਚੱਲਣ ਡਿਆ। ਮੈਨੂੰ ਗਾਇਕ ਦੇ ਨਾਂ ਦਾ ਤਾਂ ਨਹੀਂ ਪਤਾ, ਅਤੇ ਉਹ ਮਤਲਬ ਜਿਹੜਾ ਗਾਣਾ ਚੱਲਣ ਡਿਆ ਸੀ ਕਹਿੰਦਾ ਉਹ ਕਿੱਦਾਂ ਕਰਕੇ ਗਾਣਾ ਵਾ, ਕਹਿੰਦਾ ਪੱਟਾਂ ਉੱਤੇ ਮਾਰਦੇ ਆ ਥਾਪੀਆਂ ਦੁੱਧ ਜਿੰਨਾ ਪੀਤਾ ਮਾਵਾਂ ਦਾ, ਹੈ ਨਾ। ਉਹ ਗਾਣਾ ਰਿਐਲਿਟੀ ਆ ਵੀ ਜਿਹਨਾਂ ਦੇ ਪੱਟਾਂ 'ਚ ਜਾਨ ਆ ਉਹ ਛਾਲਾ ਵੀ ਮਾਰ ਸਕਦੇ ਤਾਂ ਥਾਪੀਆਂ ਵੀ ਮਾਰ ਸਕਦੇ, ਹੈ ਨਾ। ਅਤੇ ਉਹ ਥਾਪੀ ਤਾਂ ਵੈਸੇ ਮੂਸੇ ਵਾਲੇ ਦੀ ਜਾਂ ਸਿੱਧੂ ਮੂਸੇ ਵਾਲੇ ਦੀ ਜਿਹੜੀ ਆਪਾਂ ਮਾਰਦੇ ਹਾਂ, ਸਾਡੀ ਆਪਣੀ ਥਾਪੀ ਨਹੀਂ ਹੈਗੀ ਹੈ। ਇਹ ਚੀਜ਼ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ, ਇਹ ਨਹੀਂ ਹੈਗਾ ਕਿ ਅਸੀਂ ਆਪਣੇ ਭਰਾ ਦੀ ਥਾਪੀ ਨੂੰ ਕਾਇਮ ਰੱਖਦੇ ਹਾਂ। ਅਤੇ ਥਾਪੀ ਵਧੋ ਵਧੀ ਵੱਜਦੀ ਜਦੋਂ ਟਰੈਕਟਰ ਵਧੀਆ ਚੱਲਦਾ, ਅਤੇ ਅਗਰ ਜੇ ਟਰੈਕਟਰ ਹੀ ਨਹੀਂ ਚੱਲਣ ਡਿਆ ਤਾਂ ਅਸੀਂ ਉੱਦਾਂ ਥਾਪੀਆਂ ਮਾਰੀ ਜਾਈਏ ਤਾਂ ਮਜ਼ਾ ਨਹੀਂ ਹੈਗਾ, ਉਹ ਦਿਲ ਦੀ ਖੁਸ਼ੀ ਥੋੜ੍ਹੀ। ਹਾਂ, ਅਤੇ ਜਦੋਂ ਆਪਣਾ ਜਿਹੜਾ ਕਿਸਾਨ ਭਰਾ ਸਾਡੇ ਕੋਲ ਐਡੀ ਦੂਰ ਚੱਲ ਕੇ ਆਇਆ ਉਹਨੂੰ ਵੀ ਲੱਗਦਾ ਕਿ ਮੇਰਾ ਟਰੈਕਟਰ ਕਾਫੀ ਬੈਟਰ ਚੱਲਣ ਡਿਆ ਵਾ, ਤੇ ਫੇਰ ਹੀ ਥਾਪੀ ਵੱਜਦੀ, ਉਦਾਂ ਥਾਪੀ ਵੱਜਦੀ ਨਹੀਂ ਆ, ਮਾਣ ਮਹਿਸੂਸ ਹੁੰਦਾ ਤੇ ਬਾਕੀ ਹੌਸਲਾ ਨਹੀਂ ਪੈਂਦਾ। ਉੱਤੋਂ ਲੱਤ ਵੀ ਟੁੱਟ ਸਕਦੀ ਆ ਕਿਉਂਕਿ ਰੋਜ਼ ਪੈਸੇ ਕਮਾਉਣ ਡੇ ਵੀ ਹਸਪਤਾਲ ਲੱਤ ਲੈ ਕੇ ਤੁਰੇ ਫਿਰਾਂਗੇ ਤੇ ਉੱਤੇ ਪੈਸੇ ਲਾਉਂਦੇ ਫਿਰਾਂਗੇ, ਹੈ ਨਾ। ਤੇ ਹੌਸਲਾ ਬਹੁਤ ਜ਼ਰੂਰੀ ਆ, ਜਿਗਰਾ ਵੀ ਚਾਹੀਦਾ ਨਾਲ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਇੱਥੇ ਤੁਸੀਂ ਆਏ ਜੇ। ਹੁਣ ਤੁਸੀਂ ਰਿਐਲਿਟੀ ਬਹਿਸ ਕਰਕੇ ਦੱਸ ਸਕਦੇ ਵੀ ਜੋ ਵੀ ਕੋਈ ਹੈਗਾ ਰਿਐਲਿਟੀ ਆ, ਤੇ ਇਹ ਵੀ ਭਰਾ ਜ਼ਰੂਰ ਛਾਲ ਮਾਰਨਗੇ ਮੇਰੇ ਨਾਲ ਅੱਜ, ਨਾਲੇ ਫੌਜੀ ਦੀਆਂ ਲੱਤਾਂ ਵੀ ਚੈੱਕ ਕਰਦੇ ਹਾਂ ਅੱਜ ਭਰਾਵਾਂ ਦੀਆਂ ਵੀ ਕਿੰਨੀ ਕੁ ਜਾਨ ਹੁੰਦੀ ਹੈ ਨਾ। ਤੇ ਜਿੱਦਾਂ ਲੋਕੀ ਕਹਿੰਦੇ ਵੀ ਛਾਲਾ ਮਾਰ ਨਹੀਂ ਸਕਦੇ, ਇਹ ਵੀ ਮਾਰਨਗੇ, ਆਪਾਂ ਵੀ ਮਾਰਾਂਗੇ, ਇਹ ਵੀ ਮਾਰਾਂਗੇ, ਠੀਕ ਆ ਵੀਰ ਜੀ। ਪਰ ਪਹਿਲਾਂ ਲੈਂਦੇ ਹਾਂ ਲੰਮੇ ਰਹੋ ਟਰਾਈ, ਅਤੇ ਫਿਰ ਦਿੰਦੇ ਹਾਂ ਤੁਹਾਨੂੰ ਜ਼ਰਾ ਆਪਣੇ ਤਰੀਕੇ ਦੇ ਨਾਲ। ਓਕੇ ਸਰ, ਹੋ ਜਾਓ ਮਰਜ਼ਾ ਸਾਈਡ 'ਤੇ। ਸਤਨਾਮ ਵਾਹਿਗੁਰੂ। ਪਹਿਲਾ ਹਾਈ ਤੇ ਇੱਥੇ ਲਾਵਾਂਗੇ ਗੋਲ ਗੋਲ ਘੇਰੇ 'ਚ, ਸਭ ਤੋਂ ਪਹਿਲਾਂ ਦੂਜਾ ਹਾਈ ਲਾਉਂਦੇ ਹਾਂ, ਫਿਰ ਤੀਜਾ ਮੀਡੀਅਮ ਲਾਵਾਂਗੇ ਕਿਉਂਕਿ ਤੀਜੇ ਮੀਡੀਅਮ ਦੇ ਚੱਕਰ ਘੱਟ ਹੁੰਦੇ ਆ। ਪਰ ਤੁਹਾਨੂੰ ਪਹਿਲਾਂ ਦੂਜੀ ਹਾਈ 'ਚ ਦੋ ਕੁ ਗੇੜੇ ਲਾ ਕੇ ਵਿਖਾ ਦਿੰਦੇ ਕਿੱਦਾਂ ਦੀ ਪਰਫਾਰਮ ਕਰਦਾ ਟ੍ਰੈਕਟਰ। ਦੂਜਾ ਹਾਈ
इस टाइम तीजे मीडियम चा पहला हाई करांगे आप। स्लिपा वेख सकते हैं कि किन्नी स्लिप ट्रैक्टर ला रहा वा। इतने ट्रैक्टर चलाना ऐसे मोड़ी से स्टेयर में कुछ नहीं करना पहले आई है ठीक है। थले ते आ रहा है मैं थले नहीं ले इधर मूव कर लो इधर नहीं डरो ना अगले कड़े बाहर होना तो इतने मारनी आप
पावर वेख सकते किन्नी ट्रैक्टर लाउन डिया वा पहला है ही बिल्कुल नॉर्मल आरपीएम के ट्रैक्टर चलाउन डे आप दिखाते हैं दो हजार अठारह सौ से चला के वेखो तुम अच्छा जी किन्ने आरपीएम से भरा ट्रैक्टर चला दिया उन्नीस सौ से फुल रेस से नहीं चला दी आप भी अठारह सौ दो हजार के ट्रैक्टर चला दे जिहड़ा कि वीडियो च वेखन लगता कि खनी फुल ही रेस दिती है हुण तो भरा ने खुद आप चलाया वा तो उन्नीस सौ से चलाया वा तो तुम अठारह सौ से चला के देखो कि चलता भला सतारह सौ अठारह सौ से लिफ्ट इतने रहन तो सीधा आया मैं फेर लो चारे टायर जिते स्लिप मान डे उसे और की करे भाजी टाइटर दसो रायटी गलती फौज के लगता ड्राइवर भी चंगे तगड़े जी अच्छा अच्छा ठीक 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 है झोना बीजा आ गया कि नहीं बीजा हम चल जाना अच्छा 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 भाई सत्त क्विंटल दी लामू ना कह छे अस्सी दी फिर मैं पचहत्तर एच पी मगर भी चलाउनियां इह होंदियां ना घर जाके ट्रैक्टर वधिया चलदे इत्थे नालों हल्लां होलियां होंदियां ना दवा दें एक मिनट बस सब तो पहले दसो कि एक डंडा गर्म का उत्ते जान दिया एक तो गर्मी बहुत है एक ओवर बहुत बहुत डे आप तो जो तुम अपने नॉर्मल ट्रैक्टर चला दे ही दो 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 एक मिनट है तो हूँ सीधा बहुत डे किन्ने आर पी एम से चलाया जी सतारह सौ जिदा वीडियो कहते रहते कई भरा भी फुल ही रेस दिती है नहीं नहीं फुल नहीं पर लगता इदा ना भी फुल से चलन दिया कह दें लगता भी फुल दी है पर नहीं पहला सतारह सौ से एक बार अठारह सौ ठीक है भाजी मेहरबानी तो गर्मी भी विखा दें ट्रैक्टर किन्ना आज तो वीडियो तो पहला किन्ना चाहिए ट्रैक्टर चलाया
ਵੀਡੀਓ ਬਣਾਉਣ ਤੋਂ ਪਹਿਲਾਂ ਵੀ ਟਾਈਟ ਜਦੋਂ ਸਟਾਰਟਿੰਗ ਤੇ ਚਲਾਇਆ ਤੁਸੀਂ ਲਿਆ ਕੇ ਉਹ ਅੱਧਾ ਪੌਣਾ ਘੰਟਾ ਤੇ ਹੁਣ ਹਾਂ ਹੁਣ ਵੀ ਹੋਈ ਗਿਆ ਇਹਨਾਂ ਦਾ ਅੱਧਾ ਪੌਣਾ ਘੰਟਾ ਹੁਣ ਵੀ ਹੋਈ ਗਿਆ ਯਾਨੀ ਕਿ ਡੇਢ ਘੰਟਾ ਟਾਈਟਰ ਚਲਾਇਆ ਜਿੱਦਾਂ ਵੀਡੀਓ ਚ ਕਹਿ ਦਿੰਦੇ 15-20 ਮਿੰਟ ਟਾਈਟਰ ਚਲਾਉਣ ਨਾਲ ਕੀ ਪਤਾ ਲੱਗੂ ਹਾਂ ਡੇਢ 2 ਘੰਟੇ ਹੋ ਗਏ ਡੇਢ 2 ਘੰਟੇ ਹੋ ਗਿਆ ਠੀਕ ਹੈ ਭਾਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਆ ਥੈਂਕ ਯੂ ਲੱਤ ਗਿਆ ਅਗਲੀ